ਜੇ ਸਿੱਖ ਆਪਦੀ ਕੋਈ ਜਾਤੀ ਦੀ ਗੱਲ ਕਰਦਾ ਤੁਸੀਂ ਉਹਦੇ ਤੇ ਪਰਚਾ ਕਰ ਦਿੰਦੇ ਜੀ ਤੇ ਜਦੋਂ ਇਹੋ ਜੇ ਬੇਅਕਲੇ ਤੇ ਬੇਨਕੰਮੇ ਬੰਦੇ ਜਦੋਂ ਉੱਠ ਕੇ ਬਿਆਨ ਦਿੰਦੇ ਤੇ ਫਿਰ ਤੁਸੀਂ ਕੀ ਕਰੋਗੇ ਮੈਂ ਬੇਨਤੀ ਕਰਨਾ ਕਿ ਮਗਰੋਂ ਕੋਈ ਇਹਦਾ ਢੋਲ ਭੰਨਤਾ ਕਿਸੇ ਨੇ ਫੜ ਕੇ ਤੇ ਫਿਰ ਆਖੋਗੇ ਕਿ ਸਿੱਖ ਮਾੜਾ ਕਰਦੇ ਨੇ ਜੇ ਕਿਸੇ ਨੇ ਇਹਦੀ ਗੁੱਲੀ ਤੱਤੀ ਕਰਤੀ ਇੱਥੇ ਕੋਈ ਪਤਾ ਨਹੀਂ ਕਿੰਦੀ ਅਣਖ ਜਾਗ ਪੈਣੀ ਕੋਈ ਪਤਾ ਨਹੀਂ ਹਿੰਦੂ ਵੀਰ ਦੀ ਅਣਖ ਜਾਗ ਵੇ ਇਹ ਜਿਹੜਾ ਦਰਬਾਰ ਸਾਹਿਬ ਏ ਸਭ ਦਾ ਸਾਂਝਾ ਏ ਇਹ ਹਿੰਦੂਆਂ ਦਾ ਵੀ ਓਨਾ ਸਿੱਖਾਂ ਦਾ ਵੀ ਓਨਾ ਜਿਵੇਂ ਮੁਸਲਮਾਨਾਂ ਦਾ ਮੱਕੇ ਤੋਂ ਅੱਗੇ ਜਾੜ ਹੀ ਜਾੜ ਏ ਨਾ ਇਵੇਂ ਸਿੱਖਾਂ ਦੀ ਵੀ ਹਰਿਮੰਦਰ ਸਾਹਿਬ ਤੋਂ ਅੱਗੇ ਜਾੜ ਹੀ ਜਾੜ ਏ ਇਹ ਸਿੱਖਾਂ ਦਾ ਸਭ ਤੋਂ ਵੱਡੀ ਦਾਲਤ ਏ ਸਿੱਖਾਂ ਦੇ ਦਿਲ ਵਲੂੰਦਰੇ ਗਏ ਨੇ ਸਿੱਖਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਕਿ ਇਹ ਜਿਹੜੇ ਮਸੰਦੇ ਜਿਹੜਾ ਜਿੰਨੇ ਇਹ ਹਰਮਿੰਦਰ ਸੋਨੀ ਜਿਹੜਾ ਹੈ ਸਿਵ ਸੈਨਾ ਵਾਲਾ ਬਣਿਆ ਫਿਰਦਾ ਹੈ ਇਹਨੇ ਇੱਕ ਬਿਆਨ ਦਿੱਤਾ ਹਰਿਮੰਦਰ ਸਾਹਿਬ ਤੇ ਕਿ ਸਾਨੂੰ ਫਿਰ ਅਟੈਕ ਕਰਨਾ ਪਵੇਗਾ ਮੈਂ ਬੇਨਤੀ ਪ੍ਰਸ਼ਾਸਨ ਨੂੰ ਭਗਵੰਤ ਮਾਨ ਨੂੰ DGP ਨੂੰ ਵੱਡੇ ਅਫਸਰਾਂ ਨੂੰ ਬੇਨਤੀ ਕਰਨਾ ਕਿ ਇਹਦੇ ਉੱਤੇ ਕਾਰਵਾਈ ਕਰੋ ਜੇ ਮੰਨ ਲਓ ਸਿੱਖ ਨਿੱਛ ਮਾਰਦਾ ਤਾਂ ਤੁਸੀਂ ਉਹਦੇ ਤੇ ਪਰਚਾ ਕਰ ਦਿੰਦੇ ਜੇ ਸਿੱਖ ਆਪਦੀ ਕੋਈ ਜਾਤੀ ਦੀ ਗੱਲ ਕਰਦਾ ਤੁਸੀਂ ਉਹਦੇ ਤੇ ਪਰਚਾ ਕਰ ਦਿੰਦੇ ਜੇ ਤੇ ਜਦੋਂ ਇਹੋ ਜਿਹੇ ਬੇਅਕਲੇ ਤੇ ਬੇਨਕੰਮੇ ਬੰਦੇ ਜਦੋਂ ਉੱਠ ਕੇ ਬਿਆਨ ਦਿੰਦੇ ਤੇ ਫਿਰ ਤੁਸੀਂ ਕੀ ਕਰੋਗੇ ਮੈਂ ਬੇਨਤੀ ਕਰਨਾ ਕਿ ਮਗਰੋਂ ਕੋਈ ਇਹਦਾ ਢੋਲ ਭੰਨਤਾ ਕਿਸੇ ਨੇ ਫੜ ਕੇ ਤੇ ਫਿਰ ਆਖੋਗੇ ਕਿ ਸਿੱਖ ਮਾੜਾ ਕਰਦੇ ਨੇ ਜੇ ਕਿਸੇ ਨੇ ਇਹਦੀ ਗੁੱਲੀ ਤੱਤੀ ਕਰਤੀ ਰੌਲਾ ਇਹ ਹੈ ਕਿ ਪ੍ਰਸ਼ਾਸਨ ਨੂੰ ਬੇਨਤੀ ਕਿ ਜੇ ਇਹਨਾਂ ਨੂੰ ਨੱਥ ਪਾਓ ਤੇ ਇਹਨਾਂ ਨੂੰ ਜੇਲ੍ਹਾਂ 'ਚ ਸੱਟੋ ਇਹਨਾਂ ਤੇ ਤਗੜਾ ਪਰਚਾ ਕਰੋ ਕਿ ਇਹ ਕਿਸੇ ਦੀ ਤੇ ਅਣਖ ਜਾਗ ਹੀ ਪੈਂਦੀ ਏ ਸਭ ਦਾ ਗੁਰੂ ਏ ਵੀਰ ਜੀ ਸਭ ਦਾ ਗੁਰੂ ਏ ਇੱਥੇ ਕੋਈ ਪਤਾ ਨਹੀਂ ਕਿੰਦੀ ਅਣਖ ਜਾਗ ਪੈਣੀ ਕੋਈ ਪਤਾ ਨਹੀਂ ਹਿੰਦੂ ਵੀਰ ਦੀ ਅਣਖ ਜਾਗ ਵੇ ਇਹ ਜਿਹੜਾ ਦਰਬਾਰ ਸਾਹਿਬ ਏ ਸਭ ਦਾ ਸਾਂਝਾ ਏ ਇਹ ਹਿੰਦੂਆਂ ਦਾ ਵੀ ਓਨਾ ਸਿੱਖਾਂ ਦਾ ਵੀ ਓਨਾ ਚਾਰ ਦਰਵਾਜੇ ਰੱਖੇ ਗਏ ਗੁਰੂ ਸਾਹਿਬ ਨੇ ਚਾਰ ਦਰਵਾਜੇ ਇਹ ਸਭ ਦਾ ਇੱਕੋ ਜਿੰਨਾ ਏ ਇਹ ਕੀ ਪਤਾ ਕਿਸੇ ਭਰਾ ਹਿੰਦੂ ਦੀ ਜਾਗ ਪੇ ਅਣਖ ਬਸ ਮੈਂ ਤੇ ਇੰਨੀਆਂ ਕੁ ਬੇਨਤੀਆਂ ਕਰਨਾ ਚਾਹੁੰਦਾ ਕਿ ਥੋੜ੍ਹਾ ਕੁ ਨਾ ਬਸ ਇੰਨੀਆਂ ਬੇਨਤੀਆਂ ਕਿ ਇਹਦੇ ਤੇ ਪਰਚਾ ਕਰੋ ਮੁੜ ਕੇ ਇਹ ਸਿਵ ਸੈਨਾ ਵਾਲੇ ਮਾਫ਼ੀ ਵੀ ਛੇਤੀ ਮੰਗ ਲੈਂਦੇ ਆ ਅਸੀਂ ਫਿਰ ਜੇ ਕਿਸੇ ਦੇ ਧਰਮ ਤੇ ਬੋਲਾਂਗੇ ਤੇ ਫਿਰ ਤੁਸੀਂ ਆਖੋਗੇ ਅਸੀਂ ਸਾਡਾ ਜਿਹੜਾ ਸਿੱਖ ਦਾ ਬੱਚਾ ਹੈ ਨਾ ਸਿੱਖ ਉਹ ਕਿਸੇ ਦੇ ਧਰਮ ਤੇ ਨਹੀਂ ਬੋਲਦਾ ਉਹ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸਾਰੇ ਧਰਮਾਂ ਨੂੰ ਪਿਆਰ ਕਰਦਾ ਹੈ ਉਹ ਕਿਸੇ ਧਰਮ ਨੂੰ ਮਾੜਾ ਨਹੀਂ ਆਉਂਦਾ ਜਿਹੜਾ ਅਸਲ ਸਿੱਖ ਏ ਜਿਹੜਾ ਸਿੱਖ ਦਾ ਬੱਚਾ ਏ ਉਹ ਕਿਸੇ ਨੂੰ ਮਾੜਾ ਨਹੀਂ ਆਉਂਦਾ ਤੇ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਇਹਦੇ ਤੇ ਪਰਚਾ ਕੀਤਾ ਜਾਵੇ ਹਾਂਜੀ ਹਾਂਜੀ ਬਾਈ ਜੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਬੋਲਿਆ ਜਿਵੇਂ ਮੁਸਲਮਾਨਾਂ ਦਾ ਮੱਕੇ ਤੋਂ ਅੱਗੇ ਜਾੜ ਹੀ ਜਾੜ ਏ ਨਾ ਇਵੇਂ ਸਿੱਖਾਂ ਦੀ ਵੀ ਹਰਿਮੰਦਰ ਸਾਹਿਬ ਤੋਂ ਅੱਗੇ ਜਾੜ ਹੀ ਜਾੜ ਏ ਇਹ ਸਿੱਖਾਂ ਦਾ ਸਭ ਤੋਂ ਵੱਡੀ ਦਾਲਤ ਏ ਸਿੱਖਾਂ ਦੇ ਦਿਲ ਵਲੂੰਦਰੇ ਗਏ ਨੇ ਸਿੱਖਾਂ ਦੇ ਇਹਨੇ ਜਿਹੜਾ ਬਿਆਨ ਦਿੱਤਾ ਭੱਦਾ ਇਹਨਾਂ ਦੀ ਸੋਚ ਟੁੱਚੀ ਏ ਇਹ ਟੁੱਚੀ ਸੋਚ ਵਾਲੇ ਨੇ ਇਹਨਾਂ ਐਡਾ ਬਿਆਨ ਭੱਦਾ ਦਿੱਤਾ ਮੈਂ ਜਿੰਨੇ ਹਿੰਦੂ ਵੀਰਾਂ ਨੇ ਇਹਦੇ ਤੇ ਬੋਲਿਆ ਕਈਆਂ ਵੀ ਹਿੰਦੂ ਵੀਰਾਂ ਦਾ ਬਿਆਨ ਆਇਆ ਏ ਕਿ ਅਸੀਂ ਇਹਨਾਂ ਨੂੰ ਇਹ ਆਪਦੀ ਬੋਲੀ ਦਾ ਆਪ ਜ਼ਿੰਮੇਵਾਰ ਏ ਉਹਨਾਂ ਨੂੰ ਸਲੂਟ ਏ ਜਿਹੜੇ ਦਰਬਾਰ ਸਾਹਿਬ ਨੂੰ ਪਿਆਰ ਕਰਦੇ ਤੇ ਬੋਲੇ ਨੇ ਨਾ ਹਿੰਦੂ ਵੀਰ ਬਹੁਤ ਬੋਲੇ ਨੇ ਯਾਰ ਸਾਡਾ ਕੋਈ ਹਿੰਦੂ ਭਰਾ ਨੇ ਸਾਡੇ ਅਸੀਂ ਸਾਡਾ ਕੋਈ ਦੇਣਾ ਲੈਣਾ ਅਸੀਂ ਇਕੱਠੇ ਹਾਂ ਸਾਰੇ ਸਾਡਾ 9 ਮਾਸ ਦਾ ਰਿਸ਼ਤਾ ਏ ਇਹ ਕੋਈ ਵਿੱਚ ਥੋੜੇ ਕੁ ਮਸੰਦ ਲੋਕ ਉੱਠ ਕੇ ਸਾਨੂੰ ਲੜਾਉਂਦੇ ਨੇ
कोई अमृतपाल नहीं माड़ा काम करता, हिंदुआं दे मुंडे अमृतपाल नाल फोटोआं खिचाउंदे ने, प्यार करदे ने, मैं विखाउणा यारां मुंडे हिंदुआं दे जिहड़े जांदे अमृतपाल नूं प्यार करदे आ। भाई आ वे सोहणे वीरा, मूंह काला थोड़ा करना है, कमला किड्डा है, इहो जी गल नहीं करी दी। लाइव अपना होर बात है, नंबर मेरे नाल गल कर ली, मेरा नंबर पेज दे उत्ते है, इहो जी दाड़ी काली करने वाली गल नहीं करी दी। आपां गुरु दे बच्चे हाँ, सब कुछ आपां गुरु नूं सौंपता है, सीस भेट गुरु नूं करता है। 30 तरीक नूं दरबार साहब ते दोगलियां दी दुनिया ते असी कल्ले चंगे। ਬਾਈ ਆਵਾ ਕਿਸੇ ਸਿੱਖ ਨੇ ਬੋਲਿਆ ਹੁੰਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਉਹਨਾਂ ਸਿੱਟ ਦੇਣਾ ਹੀ। ਗੱਲ ਬਾਈ ਤੇਰੀ ਬਿਲਕੁਲ ਸੱਚੀ ਹੈ, ਮੈਂ ਚਾਹ ਵੀ ਨਾਲ ਪੀ ਲਾਂ, ਠੰਡੀ ਹੁੰਦੀ ਹੈ। ਇਹਨਾਂ ਦੀ ਸੋਚ ਜਿਹੜੀ ਉਹ ਮਾੜੀ ਸੋਚ ਟੁੱਚੀ ਹੈ ਨਾ। ਜੇ ਸਿੱਖ ਆਪਦੇ ਰਾਜ ਦੀ ਗੱਲ ਕਰੇ, ਸਿੱਖ ਤੇ ਹੁਣ ਵੀਰ ਦੀ ਅੰਮ੍ਰਿਤ ਸੰਚਾਰ ਕੋਈ ਤਰੀਕ ਭਾਈ ਸਾਹਿਬ ਦੱਸਣਗੇ ਤੇ ਕੋਈ ਗੱਲ ਨਹੀਂ, ਤੁਸੀਂ ਇਕੱਠੇ ਹੋਵੋ। ਕਿੰਨੇ ਭਰਾਵਾਂ ਨੇ ਸ਼ਗਨਾਂ ਦੇ, ਆਪਾਂ ਬਾਈ ਦੇ ਪਿੰਡ ਅੰਮ੍ਰਿਤਪਾਲ ਭਾਈ ਜੀ ਦੇ ਪਿੰਡ ਸਿੰਘ ਦੇ ਜਾ ਕੇ ਛਕੋ, ਉੱਥੇ ਕੋਈ ਚੱਕਰ ਨਹੀਂ, ਜਾਓ ਉੱਥੇ ਅੱਪੜੋ ਪਿੰਡ ਜੱਲੂਪੁਰੇ ਖੇੜੇ ਤੇ। ਬਸ ਇੰਨੀ ਬੇਨਤੀ ਹੈ ਕਿ ਨਿਹੰਗ ਸਿੰਘਾਂ ਨੂੰ ਕਿ ਮੈਂ ਥੋੜ੍ਹੀ ਕੁ ਵੀਡੀਓ ਵੇਖੀ ਸੀ ਅਤੇ ਉਹ ਬਹੁਤ ਵਾਇਰਲ ਹੋਈ, ਆਪਸ 'ਚ ਤੁਸੀਂ ਨਾਲ ਲੜੋ, ਮੈਂ ਤੁਹਾਡੇ ਅੱਗੇ ਨਿੱਕਾ ਤੁਹਾਡਾ, ਮੈਂ ਛੋਟਾ ਭਰਾ ਹਾਂ ਤੁਹਾਡਾ, ਤੁਹਾਡੇ ਅੱਗੇ ਮਿੰਨਤ ਕਰਨਾ ਆ ਹੱਥ ਜੋੜ ਕੇ ਕਿ ਆਪਸ 'ਚ ਨਾ ਕਿਸੇ ਬਿਆਨ ਕਰਕੇ ਲੜਿਆ ਕਰੋ। ਇਹ ਜਿਹੜੇ ਅਖੌਤੀ ਸਿਵ ਸੈਨਾ ਵਾਲੇ ਖੌਤੀ ਹੈ ਨਾ, ਇਹ ਆਪਾਂ ਨੂੰ ਕਹਿੰਦੇ ਲੜਨ, ਇਹ ਲੜਾਉਂਦੇ ਨੇ, ਆਪਾਂ ਆਪਦਾ ਜ਼ੋਰ ਇੱਧਰ ਲਾਉਣਾ ਹੈ। ਔਜਲੇ ਉਜਲੇ ਸਭ ਰਗੜੇ ਜਾਣੇ, ਔਜਲਿਆਂ ਦੀ ਕੋਈ ਇੱਥੇ ਧਰਤੀ 'ਚ ਥਾਂ ਹੀ ਨਹੀਂ ਰਹਿ ਗਈ। ਔਜਲੇ ਉਜਲਿਆਂ ਨੂੰ ਕਿੰਨਾ ਨੇ ਲੱਭਣਾ, ਔਜਲਿਆਂ ਦੀਆਂ ਜੜ੍ਹਾਂ ਪੱਟੀਆਂ ਗਈਆਂ ਵੀਰਾਂ ਦਾ ਔਜਲਾ, ਗਲਤ ਬੋਲਿਆ, ਔਜਲਿਆਂ ਦੀਆਂ ਜੜ੍ਹਾਂ ਪੱਟੀਆਂ ਗਈਆਂ। ਔਜਲੇ ਜਿਹੜੇ ਨੇ ਤੇ ਇੰਦਰਾ ਗਾਂਧੀ ਦੇ ਮੁੰਡੇ ਨੇ, ਇੰਦਰਾ ਗਾਂਧੀ ਇਹਨਾਂ ਦੀ ਮਾਂ ਹੈ ਔਜਲਿਆਂ ਦੀ, ਤੇ ਇੰਦਰਾ ਗਾਂਧੀ ਇਹਨਾਂ ਦੀ ਮਾਸੀ ਹੈ, ਜਿਹੜੇ ਯਾਰ ਕਾਂਗਰਸ ਦੀ ਸਰਕਾਰ ਦੇ ਵਿੱਚ ਨੇ, ਉਹ ਔਜਲੇ ਉਜਲੇ ਕਾਹਦੇ, ਉਹਨਾਂ ਦੀ ਜ਼ਮੀਰ ਮਰੀ ਹੋਈ ਹੈ, ਬੇਗੈਰਤ ਉਹਨਾਂ ਦੀ ਜ਼ਮੀਰ ਹੈ, ਬੇਗੈਰਤੀ ਉਹ ਲੋਕ ਨੇ, ਉਹਨਾਂ ਦੀ ਗੱਲ ਨਾ ਕਰਿਆ ਕਰੋ। ਇਹ ਔਜਲੇ ਉਜਲਿਆਂ ਦੀ, ਇਹ ਤਾਂ ਬੇਗੈਰਤੀ ਲੋਕ ਨੇ, ਇਹਦੇ ਪੈਸੇ ਦੇ ਸੱਕੇ ਨੇ, ਬੇਗੈਰਤ, ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਇਹਨਾਂ ਦੀ ਜ਼ਮੀਰ ਕਰਲੀ ਕੁਰਸੀਆਂ ਤੱਕ ਰਹਿ ਗਈ ਸੀਮਤ। ਇਹਨਾਂ ਨੂੰ ਕੋਈ ਗੁਰੂ ਗਰੂ ਨਾਲ ਮਸਲਾ ਨਹੀਂ, ਗੁਰੂ ਦੀ ਆਮ ਬੰਦੇ ਨੂੰ ਪੀੜ ਹੈ, ਐਵੇਂ ਇਹਨਾਂ ਦੇ ਐਨਰਜੀ ਨਾ ਖਰਾਬ ਕਰਿਆ ਕਰੋ ਇਹ ਔਜਲਿਆਂ ਉਜਲਿਆਂ 'ਤੇ, ਇਹ ਮਜੀਠਾ ਮਚੂਠਾ ਚੱਲਣ ਦਿਆ ਕਰੋ, ਇਹਨਾਂ ਨੇ ਬੋਲੀ ਜਾਣਾ ਹੈ। ਜਦੋਂ ਸ਼ੇਰ ਜੰਗਲ ਦੇ ਵਿੱਚ ਆਉਂਦਾ ਨਾ, ਜਿਹੜੇ ਕੁੱਤੇ ਬਿੱਲੇ ਹੁੰਦੇ ਆ ਭੌਂਕਦੇ ਹੁੰਦੇ ਨੇ, ਜਿਹੜਾ ਜਦੋਂ ਸ਼ੇਰ ਜੰਗਲ 'ਚ ਆ ਗਿਆ ਆ, ਹੁਣ ਜੰਗਲ ਦਾ ਰਾਜਾ ਸ਼ੇਰ ਏ, ਤੇ ਸ਼ੇਰ ਜੰਗਲ 'ਚ ਆ ਗਿਆ ਏ, ਜਿਹੜੇ ਬਾਂਦਰ ਬੂੰਦਰ ਨੇ ਲੂੰਬੜੀਆਂ ਲਾਂਬੜੀਆਂ ਗਿੱਦੜ ਗੁੱਦੜ, ਇਹਨਾਂ ਨੇ ਆਪਦਾ ਰੌਲਾ ਪਾਉਣਾ ਕਿ ਇਹਨਾਂ ਨੂੰ ਜੰਗਲ 'ਚੋਂ ਮੁੜ ਕੇ ਡਰ ਲੱਗਦਾ ਹੈ। ਇਹਨਾਂ ਨੂੰ ਇਹ ਨਹੀਂ ਕਮਲਿਆਂ ਨੂੰ ਪਤਾ ਕਿ ਜਦੋਂ ਸ਼ੇਰ ਜੰਗਲ 'ਚ ਆ ਜਾਵੇ ਉਦੋਂ ਖਤਰਾ ਮੁੱਕ ਜਾਂਦਾ ਹੈ, ਉਦੋਂ ਜਦੋਂ ਜੰਗਲ ਦੇ ਵਿੱਚ ਸ਼ੇਰ ਆ ਜਾਵੇ ਨਾ, ਉਦੋਂ ਇਹਨਾਂ ਨੂੰ ਲੂੰਬੜੀਆਂ ਲਾਂਬੜੀਆਂ ਨੂੰ ਇਹ ਤਾਂ ਪਤਾ ਨਹੀਂ ਕਿ ਜਦੋਂ ਸ਼ੇਰ ਜੰਗਲ 'ਚ ਆ ਜਾਵੇ ਤਾਂ ਖਤਰਾ ਮੁੱਕ ਜਾਂਦਾ, ਫਿਰ ਕੋਈ ਖਤਰਾ ਨਹੀਂ ਹੁੰਦਾ। ਇਹਨਾਂ ਨੂੰ ਲੂੰਬੜੀਆਂ ਨੂੰ ਐਵੇਂ ਡਰ ਪੈ ਗਿਆ, ਸ਼ੇਰ ਜੰਗਲ 'ਚ ਆ ਗਿਆ, ਸ਼ੇਰ ਜੰਗਲ 'ਚ ਆ ਗਿਆ। ਜਦੋਂ ਜੰਗਲ ਦੇ ਵਿੱਚ ਸ਼ੇਰ ਆਇਆ ਤਾਂ ਜੰਗਲ ਹੀ ਸ਼ੇਰ ਦਾ ਹੈ, ਅਤੇ ਉਹਨੇ ਆਉਣਾ ਹੀ ਆਉਣਾ ਹੈ। ਜਿਹੜੇ ਸ਼ੇਰ ਹੁੰਦੇ ਉਹ ਜੰਗਲਾਂ 'ਚ ਰਹਿੰਦੇ ਨੇ, ਅਤੇ ਜਿੰਨੇ ਬੋਲਦੇ ਪਏ ਨੇ ਸਾਰੇ ਅੰਮ੍ਰਿਤਪਾਲ ਬਾਈ ਨੂੰ ਜਿਹੜਾ ਉਲਟ ਬੋਲਦੇ ਨੇ, ਅੰਮ੍ਰਿਤਪਾਲ ਇੱਕ ਸ਼ੇਰ, ਬੱਬਰ ਸ਼ੇਰ ਹੈ, ਬੱਬਰ ਸ਼ੇਰ, ਕੱਲਾ ਸ਼ੇਰ ਨਹੀਂ ਬੱਬਰ ਸ਼ੇਰ ਹੈ ਸਾਡਾ, ਬੱਬਰ ਸ਼ੇਰ। ਅਤੇ ਜਦੋਂ ਬੱਬਰ ਸ਼ੇਰ ਫਿਰ ਜੰਗਲ 'ਚ ਆਇਆ ਅਤੇ ਫਿਰ ਲੂੰਬੜੀਆਂ ਲਾਂਬੜੀਆਂ ਨੇ ਤਾਂ ਰੌਲਾ ਪਾਉਣਾ ਹੀ ਹੈ।
कोनी कोनी इन्नी बढ़िया एक गल ही कह दियो लख वर्गी इहो जे बंदे नू औजले नू फुल दे फुलरी दे नहीं नहीं कहता है जंगल शेर जदों जंगल दे विच शेर आ जाए ना लूंबड़ियां निक्के निक्के भालू ये रौला पाउंदे हुंदे मैं दूरी दूरी वार रिपीट ना कराओ मेरे तो इको गल ही कहती सिरा हो गया ते राज करेगा खालसा आकी ना रवे कोई खालसे ने राज करना है खालसे दी नींह बजदी पई है भराओ जिन्ना बोलणगे उन्ना ही चंगा है अगले इन्हां नूं उन्ना पता लग जे घर दे विच मन लोगे जे किसे दे कोले मतलब पावर है ते उन्दे उल्टी जदों कोई बोलदा है समझो संतां दी फोटो तो जेड़ा डरदा है सतिंदर राय कहिंदा मिलना मंत्री कोई गल नहीं वीर आपां भाई साहब दे पिंड जाना 20 तरीक तो बाद ते मिलांगे ते बस तुसी खिच के रखो इन्हां लूंबड़ियां लांबड़ियां नूं बोलन नहीं आपां देना हां ते इन्नियां बेनतियां है इहनूं शेयर करो जिहड़े सिक्खी नूं प्यार करदे पहलां चल मैं आपदी जिंदगी दे विच हासे खेड दियां वीडियो पाईआं उह वी चलो पाउणियां पैंदियां है ਉਹ ਸਮਾਂ ਹੁੰਦਾ ਹੈ ਇਹ ਅਵਤਾਰ ਜਦੋਂ ਕਿਸੇ ਤੇ ਕਿਰਪਾ ਮਾਰ ਆਈ ਦੀ ਹੋਵੇ ਉਦੋਂ ਬੜੀ ਵਧੀਆ ਗੱਲ ਬਣਦੀ ਹੁਣ ਆਪਣਾ ਦਾੜਾ ਦੂੜਾ ਵਧੀਆ ਮਤਲਬ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਜਾਂਦੀ ਹੈ ਐਡਾ ਐਡਾ ਹੋ ਜਾਣਾ ਬੜੀ ਮਹਾਰਾਜ ਦੀ ਕਿਰਪਾ ਹੋਈ ਹੌਲੀ ਹੌਲੀ ਇਦੋਂ ਵੀ ਜ਼ਿਆਦਾ ਟੌਰ ਬਣੇਗਾ ਫੱਬਾਂਗੇ ਅਤੇ ਬਾਕੀ ਸਭ ਸਿੱਖੀ ਦੇ ਨਾਲ ਜੁੜੋ ਜ਼ਰੂਰੀ ਇਹ ਨਹੀਂ ਕਿ ਕਿਸੇ ਬੰਦੇ ਨੂੰ ਜ਼ਿਆਦਾ ਇਤਿਹਾਸ ਨਹੀਂ ਆਉਂਦਾ ਤੁਸੀਂ ਸਿੱਖੀ ਨਾਲ ਜੁੜੋ ਸਿੱਖਾਂ ਦੇ ਬੱਚੇ ਜੇ माता है माता तू मैनू मेरे वाल ऐ कैमरा करी मेरे वाल तू मैनू ये गल दस के कई भरा कह दें उन्होंने अज भरम भुलेखा कढ़ना है।